ਬਸ ਜੀ ਬਿਲਕੁਲ ਸਾਡੇ ਪਾਰਲੀਮੈਂਟ ਦੇ ਚੁਣਾਵ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਲੋਕਾਂ ਨੂੰ ਵੱਧ ਤੋਂ ਵੱਧ ਮਿਲਿਆ ਜਾਏਗਾ ਵਰਕਰ ਸਾਹਿਬਾਨਾਂ ਦੀਆਂ ਬਹੁਤ ਸਾਰੀਆਂ ਦੁੱਖ ਦਰਦ ਨੇ ਉਹਨਾਂ ਨੂੰ ਸੁਣ ਲਿਆ ਜਾਂਦਾ ਫਿਰ ਉਹਨਾਂ ਦੇ ਮੁਤਾਬਕ ਕਿਹੜੇ ਲੋਕਾਂ ਨੂੰ ਮੈਦਾਨ 'ਚ ਉਤਾਰਨਾ ਕਿਹੜੇ ਲੋਕ ਵਧੀਆ ਹੋ ਸਕਦੇ ਔਰ ਕਿਸ ਤਰ੍ਹਾਂ ਸਾਡੀ ਕਾਂਗਰਸ ਪਾਰਟੀ ਦੀਆਂ ਵੋਟਾਂ ਵੱਧ ਸਕਦੀਆਂ ਇਹ ਸਾਰੀ ਇੰਟਰਨਲ ਮੀਟਿੰਗ ਹੁੰਦੀ ਹੈ ਉਹਦੇ ਨਾਲ ਗੱਲਬਾਤ ਕਰ ਲਈ ਦੀ ਹੈ ਦੇਖੋ ਦੇਸ਼ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਹੋ ਗਏ ਨੇ ਤੁਸੀਂ ਦੇਖੋ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਔਰ ਸਾਡੇ ਜਿਹੜੇ ਖਾਤੇ ਉਹ ਸੀਜ਼ ਕਰ ਦਿੱਤੇ ਗਏ ਹੈ ਤੁਹਾਨੂੰ ਪਤਾ ਹੋਣਾ ਇਨਕਮ ਟੈਕਸ ਡਿਪਾਰਟਮੈਂਟ ਤੋਂ ਔਰ ਕਿਤੇ ਕਦੋਂ ਐਨ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਕੋਡ ਲੱਗ ਗਿਆ ਇਹਦਾ ਮਤਲਬ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇਸ਼ ਦਾ ਪ੍ਰਧਾਨ ਮੰਤਰੀ ਬੁਖਲਾਹਟ 'ਚ ਹੈ ਦੂਜੀ ਗੱਲ ਹੇਮੰਤ ਸੋਰੇਨ ਹੁਣੇ ਹੁਣੇ ਤੁਹਾਡੇ ਸਾਹਮਣੇ ਫੜ ਲਿਆ ਝਾਰਖੰਡ ਦਾ ਮੁੱਖ ਮੰਤਰੀ ਔਰ ਅੱਜ ਕੱਲ੍ਹ ਇਹ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਮੇਰੇ ਕਹਿਣ ਦਾ ਮਤਲਬ ਈਡੀ ਅਤੇ ਸੀਬੀਆਈ ਨੂੰ ਜਿਸ ਪ੍ਰਕਾਰ ਦੀ ਇਹਨਾਂ ਨੂੰ ਤਾਕਤ ਦੇ ਦਿੱਤੀ ਗਈ ਹੈ ਏਜੰਸੀਆਂ ਨੂੰ ਇਹਦਾ ਦੁਰਉਪਯੋਗ ਹੋ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਸਰਕਾਰਾਂ ਏਜੰਸੀਆਂ ਦਾ ਇਸਤੇਮਾਲ ਕਰਦੀਆਂ ਪੰਜਾਬ 'ਚ ਵੀ ਦੁਰਉਪਯੋਗ ਹੋਇਆ ਇਹਦਾ ਜਿਹੜਾ ਕਿ ਮੈਂ ਸਮਝਦਾ ਕਿ ਇਹ ਡੈਮੋਕ੍ਰੇਸੀ ਦਾ ਘਾਣ ਹੈ ਏਜੰਸੀਜ ਦਾ ਇਸਤੇਮਾਲ ਕਰਕੇ ਤੁਸੀਂ ਆਪਦੇ ਵਿਰੋਧੀਆਂ ਨੂੰ ਖਤਮ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਕਿਨਾਰੇ ਨਹੀਂ ਲਾ ਸਕਦੇ ਪੰਜਾਬ ਦੇ ਵਿੱਚ ਇੱਦਾਂ ਹੀ ਹੋਇਆ ਹੁਣ ਪੂਰੇ ਦੇਸ਼ ਦੇ ਵਿੱਚ ਇੱਦਾਂ ਹੀ ਹੋ ਰਿਹਾ ਰੋਜ਼ਾਨਾ ਕਿਸੇ ਨੂੰ ਈਡੀ ਫੜ ਲੈਂਦੀ ਹੈ ਕਿਸੇ ਨੂੰ ਕੋਈ ਫੜ ਲੈਂਦਾ ਸੋ ਮੇਰੇ ਕਹਿਣ ਦਾ ਮਤਲਬ ਮੈਂ ਇਸ ਗੱਲ ਦੀ ਨਿੰਦਾ ਕਰਦਾ ਇਹ ਡੈਮੋਕ੍ਰੇਸੀ ਨਹੀਂ ਹੈ ਡੈਮੋਕ੍ਰੇਸੀ ਨੂੰ ਖਤਮ ਕਰਨ ਦੀ ਸਾਜਿਸ਼ ਹੋ ਰਹੀ ਹੈ ਮੇਰੇ ਖਿਲਾਫ਼ ਹੈ 100% ਮੈਂ ਜੋ ਈਡੀ ਦੇ ਇਹ ਵਾਰਦਾਤ ਕੀਤੀ ਹੈ ਮੈਂ ਇਹਨੂੰ ਕੰਡੈਮ ਕਰਦਾ ਲੋਕਾਂ ਦਾ ਚਰਚਾ ਦੇ ਵਿੱਚ ਹੈ ਕਿ ਅਮਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਚੋਣ ਲੜੀ ਜਾਊਗੀ ਨਹੀਂ ਜੀ ਮੇਰਾ ਪਰਿਵਾਰ ਅਤੇ ਮੈਂ ਬਿਲਕੁਲ ਇੱਛਕ ਨਹੀਂ ਹਾਂ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹਾਂ ਔਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਇਹ ਆ ਔਰ ਪਿਛਲੀ ਵਾਰੀ ਮੈਂ ਇੱਥੋਂ ਚੋਣ ਵੀ ਲੜਿਆ ਕਿ ਜਿਹੜਾ ਵਿਅਕਤੀ ਵੀ ਸਾਡਾ ਚੋਣ ਲੜੇ ਉਹ ਤਕੜਾ ਹੋ ਕੇ ਇਸ ਮੈਦਾਨ ਦੇ ਵਿੱਚ ਲੜਾਈ ਲੜੇ ਅਤੇ ਅਸੀਂ ਬਾਦਲਾਂ ਦਾ ਔਰ ਬੀਜੇਪੀ ਦਾ ਮੂੰਹ ਤੋੜ ਜਵਾਬ ਦੇ ਸਕੀਏ ਆਮ ਆਦਮੀ ਪਾਰਟੀ ਦਾ ਵੀ ਤਾਂ ਜੋ ਵੱਧ ਤੋਂ ਵੱਧ ਸੀਟਾਂ ਜਿੱਤੀਏ ਅਤੇ ਔਰ ਪੰਜਾਬ ਨੂੰ ਇੱਕ ਚੰਗਾ ਰਾਜ ਔਰ ਪੰਜਾਬ ਦੇ ਲੋਕਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਅਸੀਂ ਜਿਹੜੀ ਆਵਾਜ਼ ਹੈ ਉਹ ਅਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਚੱਕ ਸਕੀਏ ਮੈਂ ਆਲਰੇਡੀ ਪੰਜਾਬ ਦਾ ਪ੍ਰਧਾਨ ਹੈ ਇੱਕ ਪਰਿਵਾਰ 'ਚ ਇੱਕ ਕਾਫੀ ਨਹੀਂ ਗਾ ਕੰਮ ਵੀ ਪ੍ਰਧਾਨ ਹੈ ਦੂਜਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਮੀਟਿੰਗ ਅਕਾਲੀ ਦਲ ਦੀ ਗੱਠਜੋੜ ਹੋਣ ਜਾ ਰਿਹਾ ਹਾਂ ਮੇਰਾ ਸਵਾਲ ਅੱਜ ਸੁਖਬੀਰ ਸਿੰਘ ਬਾਦਲ ਨੂੰ ਕਿ ਅਗਰ ਉਹ ਗੱਠਜੋੜ ਕਰਨ ਜਾ ਰਿਹਾ ਕੀ ਜਿਹੜੇ ਮੁੱਦੇ ਸਨ ਜਿਹਨਾਂ ਨੂੰ ਲੈ ਕੇ ਜੰਤਰ ਮੰਤਰ 'ਤੇ ਕਦੇ ਜਾਇਆ ਕਰਦੇ ਸਨ ਗੀਤ ਗਾਇਆ ਜਾ ਸਕਦੇ ਸੀ ਬੰਦੀ ਸਿੱਖਾਂ ਦੀ ਰਿਹਾਈ ਕਰਦੇ ਹੋ ਕਿੱਥੇ ਹੋ ਸਿੱਖਾਂ ਦੀ ਰਿਹਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡਾ ਇੱਕ ਫੋਟੋ ਲਾਈਫ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਹੀਕਲ ਬੋਰਡ ਲਾ ਕੇ ਲੋਕਾਂ ਦੀਆਂ ਫੋਟੋਆਂ ਲਾ ਕੇ ਅੱਗੇ ਅੱਗੇ ਇਹਦੀ ਯਾਤਰਾ 'ਚ ਤੁਰਦਾ ਹੈ ਹਾਲਾਂਕਿ ਯਾਤਰਾ ਵੀ 100% ਜਿਹੜੀ ਪੰਜਾਬ ਯਾਤਰਾ ਸੀ ਉਹ ਫੇਲ ਹੋ ਗਈ ਹੈ ਮੁਕੰਮਲ ਤੌਰ 'ਤੇ ਅਲਾਇੰਸ ਇਸ ਮੁੱਦੇ 'ਤੇ ਟੁੱਟਿਆ ਸੀ ਕਿਸਾਨਾਂ ਦੇ ਮੁੱਦੇ 'ਤੇ ਅੱਜ ਕਿਸਾਨਾਂ ਦਾ ਮੁੱਦਾ ਤਾਂ ਤਿਉਂ ਦਾ ਤਿਉਂ ਹੈ ਬੰਦੀ ਸਿੱਖਾਂ ਦਾ ਮੁੱਦਾ ਅਤੇ ਕਿਸਾਨਾਂ ਦੇ ਮੁੱਦੇ 'ਤੇ ਸਵਾਲ ਸੁਖਬੀਰ ਸਿੰਘ ਬਾਦਲ ਦੇਣ ਕਿ ਕੀ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਕੋਈ ਬਿਆਨ ਦਿੱਤਾ ਹੈ ਕਿ ਮੈਂ ਇਹਦਾ ਹੱਲ ਕਰਾਂਗਾ ਇਦੋਂ ਤਾਂ ਪਹਿਲਾਂ ਹੀ ਨਾ ਛੱਡਦੇ ਤੁਸੀਂ ਉਦੋਂ ਵੀ ਤੁਸੀਂ ਕਿਸਾਨਾਂ ਦੇ ਦਬਾਅ 'ਚ ਆ ਕੇ ਆਪਦਾ ਅਹੁਦਾ ਛੱਡਿਆ ਸੀ ਲੇਕਿਨ ਲੋਕਾਂ ਨੇ ਤੁਹਾਨੂੰ ਮਾਫ਼ ਨਹੀਂ ਕਰਤਾ ਦੇਸ਼ ਦੀ ਵਿਧਾਨ ਸਭਾ ਪੰਜਾਬ ਦੀ ਵਿਧਾਨ ਸਭਾ 'ਚੋਂ ਸਾਰੇ ਬਾਦਲ ਉਡਾਤੇ ਸਾਰੇ ਬਾਦਲ ਔਰ 100% ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਮਨਸੂਬਾ ਹੈ ਇੱਕ ਹੀ ਸੁਪਨਾ ਹੈ ਦੁਬਾਰਾ ਕਿਉਂਕਿ ਹਰਸਿਮਰਤ ਕੌਰ ਬਾਦਲ ਜੀ ਨੂੰ ਇਹ ਲੱਗਦਾ ਹੈ ਕਿਵੇਂ ਨਾ ਕਿਵੇਂ ਜੋ ਮਰਜ਼ੀ ਹੋ ਜਾਵੇ ਮੈਂ ਪਾਰਲੀਮੈਂਟ 'ਚ ਮੈਨੂੰ ਪਹੁੰਚਾਓ
ਇਹ ਸੁਪਨਾ ਪੂਰਾ ਨਹੀਂ ਹੋਣਾ। ਪੰਜਾਬ ਦਾ ਕਿਸਾਨ ਬੇਵਕੂਫ ਨਹੀਂ ਹੈ, ਪੰਜਾਬ ਦੇ ਲੋਕ ਬੇਵਕੂਫ ਨਹੀਂ ਹੈ। ਜਿਹੜਾ ਵਿਅਕਤੀ ਅੱਜ ਬੀਜੇਪੀ ਨਾਲ ਮਿਲ ਕੇ ਗੱਲ ਕਰੇਗਾ ਉਹਨੂੰ ਪੰਜਾਬ ਦੇ ਲੋਕ ਤੇ ਪੰਜਾਬ ਦੇ ਕਿਸਾਨ ਮਾਫ ਨਹੀਂ ਕਰਨਗੇ। ਆਮ ਆਦਮੀ ਪਾਰਟੀ ਨੇ ਐਲਾਨ ਕਰਤਾ ਲੋਕ ਸਭਾ ਚੋਣਾਂ ਵਿੱਚ ਤੁਸੀਂ ਕਿਦੋਂ ਕਰ ਰਹੇ? ਚੰਗੀ ਗੱਲ ਹੈ ਜੀ, ਮੁਬਾਰਕਾਂ। ਉਹ ਤਾਂ ਫਰਸਟ੍ਰੇਸ਼ਨ ਸੀ, ਕਾਹਲੀ ਕਾਹਲੀ ਦੇ ਵਿੱਚ ਸਾਰੇ ਮੰਤਰੀ ਉਤਾਰਤੇ, ਕੋਈ ਮੰਤਰੀ ਲੜਨਾ ਨਹੀਂ ਚਾਹੁੰਦਾ ਚੁਣਾਵ। ਅਸੀਂ ਵੀ ਜਲਦੀ ਉਮੀਦਵਾਰ ਐਲਾਨ ਦੇਵਾਂਗੇ, ਤੁਹਾਨੂੰ ਵੇਖਾਂਗੇ। ਤੁਸੀਂ ਦੇਖੋਗੇ ਕਿ ਉਮੀਦਵਾਰ ਆਊਗਾ, ਲੋਕਾਂ ਦੇ ਚਿਹਰੇ ਖਿਲ ਜਾ ਕਰਨਗੇ ਕਿ ਐਸੇ ਉਮੀਦਵਾਰ ਚੰਗੇ ਚੰਗੇ ਅਸੀਂ ਚਿਹਰੇ ਦੇਵਾਂਗੇ।